ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਵੱਖ-ਵੱਖ ਮੁਕੱਦਮਿਆਂ ਵਿੱਚ 3 ਨੌਜਵਾਨ ਪੁਲਿਸ ਅੜਿੱਕੇ। ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ DSP ਭਿੱਖੀਵਿੰਡ ਨੇ SHO ਚਿਰਮਲ ਸਿੰਘ ਅਤੇ SHO ਹਰਚੰਦ ਸਿੰਘ ਭਿੱਖੀਵਿੰਡ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਕੱਚਾ ਪੱਕਾ ਦੇ SI ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ ਵਿੱਚ ਕੱਚਾ ਪੱਕਾ ਤੋਂ ਪਿੰਡ ਮੰਦਿਆਲਾ ਆਦਿ ਪਿੰਡਾਂ ਨੂੰ ਜਾ ਰਹੇ ਸਨ ਕਿ ਪਿੰਡ ਕੁੱਲਾ ਪੁਲ ਡਰਿਆਣ ਸੜਕ ਬਾਮਣੀ ਵਾਲਾ ਬਾਗ ਵਾਲੀ ਸਾਈਡ ਤੋਂ ਇੱਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜੋ ਕਿ ਸਾਹਮਣੇ ਪੁਲਿਸ ਪਾਰਟੀ ਨੂੰ ਆਉਂਦਾ ਵੇਖ ਘਬਰਾ ਕੇ ਭੱਜਣ ਲੱਗਾ ਤਾਂ ASI ਨੇ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਜਦ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋਂ 55 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਨੌਜਵਾਨ ਦੀ ਪਛਾਣ ਹਰਜਿੰਦਰ ਸਿੰਘ ਉਰਫ ਲੱਲੋ ਪੁੱਤਰ ਕੁਲਵੰਤ ਸਿੰਘ ਵਾਸੀ ਕੁੱਲਾ ਵਜੋਂ ਹੋਈ ਹੈ, ਜਿਸ 'ਤੇ NDPS ਐਕਟ ਦੀ ਧਾਰਾ 2165 ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸੇ ਤਰ੍ਹਾਂ ਹੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ 2 ਨੌਜਵਾਨਾਂ ਨੂੰ ਲੁੱਟ ਖੋਹ ਕਰਨ ਦੇ ਬਿਨਾਂ 'ਤੇ ਪੀੜਤ ਲੜਕੀਆਂ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਉਧਰ ਦੋਸ਼ੀਆਂ ਦੀ ਪਛਾਣ ਚਾਨਣ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਬਾਸਰਕੇ ਹਵੇਲੀਆਂ ਅਤੇ ਕਰਮਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਾਸਰਕੇ ਹਵੇਲੀਆਂ ਵਜੋਂ ਹੋਈ ਹੈ। ਉਕਤ ਨੌਜਵਾਨਾਂ ਖਿਲਾਫ਼ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ। ਹਾਂਜੀ ਹਾਂਜੀ, ਇਹ ਮੁਕੱਦਮਾ ਨੰਬਰ FIR ਨੰਬਰ 1 ਆ, ਕਾਲੀ ਮਿਤੀ 1/1/2020 ਨੂੰ ਦਰਜ ਕੀਤਾ ਵਾ 387 BIPC ਦਾ ਥਾਣਾ ਭਿੱਖੀਵਿੰਡ ਵਿਖੇ। ਇਹ ਵਾਰਤਾਤ ਇਸ ਤਰ੍ਹਾਂ ਹੋਈ ਸੀਗੀ ਵੀ 2 ਲੜਕੀਆਂ ਸੁਖਬੀਰ ਕੌਰ ਅਤੇ ਅਮਨਦੀਪ ਕੌਰ ਜਿਹੜੀਆਂ ਵਾ ਭਿੱਖੀਵਿੰਡ ਤੋਂ ਪੱਟੀ ਰੋਡ 'ਤੇ ਜਾ ਰਹੀਆਂ ਸੀ, ਅਤੇ ਪਿੱਛੋਂ ਜਿਹੜੇ ਦੋਸ਼ੀ ਆ ਇਹ ਚਾਨਣ ਸਿੰਘ ਉਰਫ ਬਾਜੀ ਅਤੇ ਕਰਮਜੀਤ ਸਿੰਘ ਉਰਫ ਕਰਨਦੀਪ ਸਿੰਘ ਮੋਟਰਸਾਈਕਲ 'ਤੇ ਆਏ ਆ, ਅਤੇ ਇਹਨਾਂ ਨੇ ਉਹਨਾਂ ਦਾ ਜਿਹੜਾ ਮੋਬਾਈਲ ਆ ਖੋਹ ਕੇ ਭੱਜੇ ਆ, ਅਤੇ ਅੱਗੋਂ ਜਿਹੜਾ ਵਾ ਪੁਲਿਸ ਪਾਰਟੀ ਜਿਹੜੀ ਆ ਚੌਂਕ 'ਚ ਖੜੀ ਸੀਗੀ, ਜਿਨ੍ਹਾਂ ਨੇ ਇਹਨਾਂ ਨੂੰ ਰੋਕਿਆ ਵਾ, ਅਤੇ ਇਹ ਜਿਹੜਾ ਸਲਿੱਪ ਹੋ ਕੇ ਡਿੱਗ ਪਿਆ ਅਤੇ ਇਹਨਾਂ ਨੂੰ ਕਾਬੂ ਕੀਤਾ ਗਿਆ, ਜਿਹਦਾ ਇਹ ਖੋਇਆ ਹੋਇਆ ਮੋਬਾਈਲ ਜਿਹੜਾ ਵਾ ਲੜਕੀ ਜਿਹੜਾ ਅਮਨਦੀਪ ਕੌਰ ਦਾ ਖੋਇਆ ਮੋਬਾਈਲ ਰਿਕਵਰ ਕਰਕੇ ਮੁਕੱਦਮਾ ਨੰਬਰ 1 ਇਹਨਾਂ ਦੇ ਦਰਜ ਕਰਕੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਪੱਟੀ, ਅਤੇ ਇਹਨਾਂ ਦਾ 1 ਦਿਨ ਦਾ ਰਿਮਾਂਡ ਲਿਆ ਗਿਆ ਵਾ। ਇਹ ਜਿਹੜਾ ਆਪਣਾ ਕਰਮਜੀਤ ਸਿੰਘ ਆ, ਇੱਥੇ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਪਰਚੇ ਆ, ਅਤੇ ਇਹਨਾਂ ਦੀ ਹੋਰ ਡਗਿਆਈ ਨਾਲ ਤਫਤੀਸ਼ ਕੀਤੀ ਜਾ ਰਹੀ ਆ ਵੀ ਇਹ ਹੋਰ ਇਹਨਾਂ ਕਿੰਨੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕੀਤੀਆਂ। ਇਹ ਜਿਹੜੀ ਆ ਪੁਲਿਸ ਦੀ ਬੜੀ ਵਧੀਆ ਉਪਲਬਧੀ ਆ, ਜਿਹਦੇ ਨਾਲ ਜਿਹੜੀਆਂ ਲੁੱਟਾਂ ਖੋਹਾਂ ਜਿਹੜੀਆਂ ਅੱਗੇ ਤੋਂ ਰੁਕਣਗੀਆਂ, ਅਤੇ ਇਹ ਜਿਹੜੇ ਲਟੇਰੇ ਆ ਫੜੇ ਗਏ। ਇਸ ਤੋਂ ਇਲਾਵਾ ਭਿੱਖੀਵਿੰਡ ਸਬ ਡਿਵੀਜ਼ਨ 'ਚ ਥਾਣਾ ਕੱਚਾ ਪੱਕਾ ਵਿਖੇ ਵੀ FIR ਨੰਬਰ 1 NDPS ਐਕਟ ਤਹਿਤ ਦਰਜ ਕੀਤੀ ਗਈ ਆ। ਇਹਦੇ ਵਿੱਚ ਕੱਲ੍ਹ ਮਿਤੀ 1/1/20 ਨੂੰ ਹਰਜਿੰਦਰ ਸਿੰਘ ਏਰੀਅਸ ਲੱਲੋ ਪੁੱਤਰ ਕੁਲਵੰਤ ਸਿੰਘ ਵਾਸੀ ਕੁੱਲੇ ਦਾ ਜਿਹੜਾ ਸੀਗਾ ਉਹ ਕੁੱਲੇ ਤੋਂ ਬਾਮਣੀਵਾਲ ਜਿਹੜੀ ਸੜਕ ਆ ਡਰੇਨ 'ਤੇ ਆ ਰਿਹਾ ਸੀਗਾ, ਜਿਹਨੇ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਹਨੂੰ ਕਾਬੂ ਕੀਤਾ ਗਿਆ, ਜਿਹਦੀ ਤਲਾਸ਼ੀ ਲੈਣ 'ਤੇ ਇਹਦੇ ਕੋਲੋਂ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਆ, ਜਿਹਦੇ ਖਿਲਾਫ਼ ਵੀ ਮੁਕੱਦਮਾ ਨੰਬਰ 1 ਦਰਜ ਥਾਣਾ ਕੱਚਾ ਪੱਕਾ ਵਿਖੇ ਕੀਤਾ ਗਿਆ, ਅਤੇ ਅੱਜ ਉਸਨੂੰ ਵੀ JMIC ਪੱਟੀ ਪੇਸ਼ ਕੀਤਾ ਗਿਆ ਵਾ, ਜਿਹਦਾ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਵਾ, ਜਿਹਦੇ ਕੋਲੋਂ ਡਗਿਆਈ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਇਹਨੇ ਹੈਰੋਇਨ ਕਿੱਥੋਂ ਲਿਆਂਦੀ ਅਤੇ ਕਿਸ ਨੂੰ ਅੱਗੇ ਦੇਣੀ ਸੀ ਅਤੇ ਕਿਸ ਰੇਟ ਨਾਲ ਲਿਆਉਂਦਾ ਵਾ, ਅਤੇ ਇਹਦੇ 'ਤੇ ਕੀ ਹੋਰ ਪਰਚੇ ਨੇ। ਇਸ ਤੋਂ ਇਲਾਵਾ ਇਹ ਕੱਚੇ ਪੱਕੇ ਥਾਣੇ ਵਿਖੇ ਮੁਕੱਦਮਾ ਨੰਬਰ 47/15/7/19/1989 ਦਾ ਪਰਚਾ ਸੀਗਾ। ਉਹਦੇ ਵਿੱਚ ਇੱਕ ਵਿਅਕਤੀ ਨੇ ਦੱਸਿਆ ਸੀਗਾ ਵੀ ਉਹ ਦਿਆਲਪੁਰ ਗੁਰਦੁਆਰੇ ਲਾਗੇ ਆਪਣਾ ਮੋਟਰਸਾਈਕਲ ਲਾ ਕੇ ਮੱਥਾ ਟੇਕ ਰਿਹਾ ਸੀ, ਅਤੇ ਉਹਦਾ ਮੋਟਰਸਾਈਕਲ ਕਿ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਿਆ, ਜਿਹੜਾ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹ ਗੁਰਸਾਹਿਬ ਸਿੰਘ ਏਰੀਅਸ ਠੂਲਾ ਸਨ ਆਫ ਕਸ਼ਮੀਰ ਸਿੰਘ ਮਰਗਿੰਦਪੁਰਾ ਨੇ ਚੋਰੀ ਕੀਤਾ ਸੀਗਾ, ਜਿਹਨੂੰ ਕੱਲ੍ਹ ਮਿਤੀ ਨੂੰ ਉਸ ਨੇ ਜਿਹੜਾ ਬੜੀ ਹੁਸ਼ਿਆਰੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਵਾ, ਅਤੇ ਗ੍ਰਿਫਤਾਰ ਕਰਕੇ ਜਿਹਨੂੰ ਵੀ ਅੱਜ ਜਿਹੜਾ ਕੋਰਟ ਵਿੱਚ ਪੇਸ਼ ਕੀਤਾ ਗਿਆ ਵਾ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।